Now, dear students, today we will discuss liquefaction of helium, means how to liquefy helium gas. Helium gas nu apa kis tarike naal liquefy karna. Now, to liquefy any gas, its temperature must be less than its critical temperature. ये condition है, ये होनी चाहिए थी ये मैट, ठीक है. Also we studied that in Joule Thomson expansion, to cool a gas, its initial temperature should be less than inversion temperature Ti. So inversion temperature ते critical temperature relation ये हैगा, inversion temperature is equal to 6.75 times critical temperature. There are number of methods available in literature for liquefying any gas. Now we will discuss one method, that is regenerative Joule's Thomson expansion method, but with the help of one another method, that is liquefied gas boiled under reduced pressure. A method nu bhi apa use karange. So the most powerful method of obtaining low temperature is to let a liquefy gas jehdi ho sak liquid hai gas bani vi hai to boil under reduced pressure. Liquefy gas boil under reduced pressure da ki matlab hai, ਇਹ ਮੈਂ ਤੁਹਾਨੂੰ ਦੱਸਦਾ. ਵੈਨ ਵੈਨ ਇੱਕ ਲੀਕੁਡ ਅਵੈਪੋਰੇਟਸ, ਜਦੋਂ ਲੀਕੁਡ ਅਵੈਪੋਰੇਟ ਕਰਦਾ ਹੈ, ਵੈਨ ਲੀਕੁਡ ਅਵੈਪੋਰੇਟਸ, ਇਟ ਰਿਕੁਆਇਰ ਹੀਟ ਫਾਰ ਕਨਵਰਜ਼ਨ ਫਰੋਮ ਲੀਕੁਡ ਟੂ ਗੈਸੀ ਸਟੇਟ, ਦੈਟ ਇਜ਼ ਲੇਟੈਂਟ ਹੀਟ ਆਫ ਅਵੈਪੋਰੇਸ਼ਨ ਚਾਹੀਦੀ ਹੈ. ਨਾਓ ਇਫ द लिक्विड टू बी इवैपोरेटड इज आइसोलेटड, मीनस इस तरह के कोई फ्लास्क रख लीए, थर्मस फ्लास्क भी हीट बाहरों ना आए तो जाए, तो लेटेंट हीट इज टू बी सप्लाइड एट द एक्सपेंस ऑफ इंटरनल एनर्जी ऑफ द लिक्विड इट सैल्फ. जो इंटरनल एनर्जी की एक्सपेंस से जाऊगी, डिक्रीज होगी इंटरनल एनर्जी, टैंपरेचर लोअर होगा, हेंस जी हैगी है इंटेंस कूलिंग विल रिजल्ट. सो दिस इज हाउ ए गैस बॉयल्ड अंडर रिड्यूस प्रेशर. नाउ again comes to the main topic, but this method is not successful in liquefying gases like neon, hydrogen and helium. Reason ki hai, inna da inversion temperature, critical temperature bahut ghat ne, because their inversion temperature are much low. So to liquefy helium gas nu liquefy karan khatir, in addition to this method, we use regenerative ਜੂਲ ਥੋਮਸਨ ਮੈਥਡ. ਇਹਨੂੰ ਯੂਜ ਕਰਾਂਗੇ. ਇਹ ਸਭ ਤੋਂ ਪਹਿਲਾਂ ਸਟੱਡੀ ਕੀਤਾ ਸੀਗਾ ਕੈਮਰਲਿੰਗ ਔਂਦ ਨੇ ਇਨ 1908 ਦੇ ਵਿੱਚ. ਹੀ ਸਕਸੈਸਫੁਲੀ ਜਾਂ ਹੀ ਵਾਜ਼ ਸਕਸੈਸਫੁਲ ਇਨ ਲੀਕੋਫਾਇੰਗ ਹੀਲੀਅਮ ਗੈਸ ਯੂਜਿੰਗ ਦਿਸ ਰੀਜਨਰੇਟਿਵ ਜੂਲ ਥੋਮਸਨ ਕੂਲਿੰਗ ਮੈਥਡ. ਅਪਰੇਟਸ ਯੂਜਡ ਫਾਰ liquefying this helium gas is shown in figure. ਉਹਦੇ ਵਿੱਚ ਕੀ ਹੈ, ਸਾਡੇ ਕੋਲ ਜਿਹੜੀ ਗੈਸ ਲਿਕੁਫਾਈ ਕਰਨੀ ਹੈ, ਉਹਨੂੰ ਆਪਾਂ ਇਸ ਤਰੀਕੇ ਨਾਲ ਕੰਪਰੈਸ ਕਰਕੇ ਗੈਸ ਨੂੰ ਥਰੀ ਸਪਾਇਰਲਸ ਏ ਬੀ ਐਂਡ ਸੀ ਦੇ ਥਰੂ ਪਾਸ ਕਰਦੇ ਹਾਂ. ਸਪਾਇਰਲ ਬੀ ਇਜ਼ ਇਨ ਸਾਈਡ ਅਨਦਰ ਬੀਕਰ in which liquid hydrogen boiling at a reduced pressure is there. ਜਦੋਂ ਗੈਸ ਹੀਲੀਅਮ ਇੱਥੋਂ ਰਿਡਿਊਸ ਸੋਰੀ ਕੰਪਰੈਸ ਕਰਕੇ ਪਾਸ ਕਰੀ ਜਾਂਦੀ ਹੈ, ਜਦੋਂ ਹੋਈ ਉਹ 20 ਸਪਾਇਰਲ ਵਿਧੀ ਪਾਸ ਕਰਦੀ ਹੈ, ਹੁਣ ਜਿਹੜੀ ਆਹ ਵਾਲੀ ਲਿਕੁਡ ਹਾਈਡਰੋਜਨ ਹੈ, ਇਹ ਬੋਇਲ ਕਰਦੀ ਹੈ ਅਪਰੋਕਸੀਮੇਟਲੀ 20 ਕੈਲਵਿਨ 'ਤੇ. ਸੋ ਇਟ ਮੀਨਸ ਜਦੋਂ ਗੈਸ ਬੀ ਆ ਬੀਕਰ ਦੇ ਵਿੱਚ ਇਨਸਾਈਡ ਦਿਸ ਬੀਕਰ ਇਨਰ ਬੀਕਰ ਪਾਸ ਕਰੇਗੀ, ਇਸ ਟੈਂਪਰੇਚਰ ਵਿਲ ਬੀ ਲੋਅਰ ਦੈਨ 20 ਕੈਲਵਿਨ. ਸੋ ਹੁੰਦਾ ਕੀ ਹੈ, ਅਤੇ ਜਦੋਂ ਹੀਲੀਅਮ ਦਾ 20 ਕੈਲਵਿਨ ਤੋਂ ਲੋਅਰ ਹੋ ਜਾਂਦਾ, ਅਪਰੋਕਸੀਮੇਟਲੀ 17-18 ਕੈਲਵਿਨ 'ਤੇ ਆ ਜਾਂਦਾ ਹੈ,
ਤਾਂ ਹੁਣ ਜਿਹੜਾ ਹੀਲੀਅਮ ਦਾ ਇਨਵਰਜ਼ਨ ਟੈਂਪਰੇਚਰ ਹੈ, ਇਨਵਰਜ਼ਨ ਟੈਂਪਰੇਚਰ ਹੈ ਜਿਹੜਾ ਉਹ ਹੈਗਾ ਇਟ ਇਜ਼ 43 ਕੈਲਵਿਨ। ਹੁਣ 43 ਕੈਲਵਿਨ ਤੋਂ ਕਿਹੜਾ ਟੈਂਪਰੇਚਰ ਹੈ 17 ਜਾਂ 18 'ਤੇ ਪਹੁੰਚ ਗਿਆ, ਇਟ ਮੀਨਸ ਇਜ਼ ਲੈਸ ਦੈਨ ਇਨਵਰਜ਼ਨ ਟੈਂਪਰੇਚਰ। ਸੋ ਗੋ ਲੈਸ ਦੈਨ ਇਨਵਰਜ਼ਨ ਟੈਂਪਰੇਚਰ ਆਫਟਰ ਪਾਸਿੰਗ ਥਰੂ ਦ ਸਪਾਇਰਲ ਸੀ ਐਟ ਬਲਬ ਬੀ ਇਟ ਅੰਡਰ ਗੋਜ ਜੂਲ ਥੋਮਸਨ ਐਕਸਪੈਂਸ਼ਨ। ਹੁਣ ਜੂਲ ਥੋਮਸਨ ਐਕਸਪੈਂਸ਼ਨ ਇਹ ਬਲਬ ਬੀ ਇਜ਼ ਕਾਲ ਥਰੋਟਲਿੰਗ ਬਲਬ ਹੈ। ਇੱਥੇ ਆਪਾਂ ਨੂੰ ਪਤਾ ਹੈ, ਆਪਾਂ ਪੜ੍ਹ ਚੁੱਕੇ ਹਾਂ ਵੀ ਜੂਲ ਥੋਮਸਨ ਐਕਸਪੈਂਸ਼ਨ ਦੇ ਵਿੱਚ ਕੀ ਹੁੰਦਾ ਹੈ, ਜੇ ਇਨੀਸ਼ੀਅਲ ਟੈਂਪਰੇਚਰ ਇਜ਼ ਲੈਸ ਦੈਨ ਇਨਵਰਜ਼ਨ ਟੈਂਪਰੇਚਰ ਇਟ ਅੰਡਰ ਗੋਜ ਕੂਲਿੰਗ। ਸੋ ਇੱਥੇ ਫਰਦਰ ਕੂਲਿੰਗ ਹੋ ਜਾਂਦੀ ਹੈ, ਜਿਹੜੀ ਕੂਲਡ ਗੈਸ ਹੈ ਹਜੇ ਉਹਦਾ ਟੈਂਪਰੇਚਰ ਕ੍ਰਿਟੀਕਲ 5.3 ਨਹੀਂ ਆਇਆ ਕੈਲਵਿਨ, ਜਿੱਥੇ ਕਿ ਉਹ ਲਿਕੁਇਡ ਚੇਂਜ ਹੋਣੀ ਹੈ, ਫਿਲਹਾਲ ਜ਼ਿਆਦਾ ਹੈ। ਸੋ ਜਿਹੜੀ ਗੈਸ ਹੈ ਇੱਥੋਂ ਫਿਰ ਅਗੇਨ ਉੱਪਰ ਜਾਂਦੀ ਹੈ, ਕਿਉਂਕਿ ਇੱਥੇ ਪੰਪ ਲੱਗਿਆ ਹੁੰਦਾ ਜਿਹੜਾ ਉਹ ਸੱਕ ਕਰਦਾ ਗੈਸ ਨੂੰ, ਜਾਂਦੀ ਜਾਂਦੀ ਉਹ ਗੈਸ ਹੈ ਜਿਹੜੀ ਔਨ ਇਟਸ ਵੇ ਇਟ ਲੀਕੂਫਾਈ ਦਾ ਗੈਸ ਇਨ ਸਪਾਇਰਲ ਸੀ ਐਜ਼ ਵੈਲ ਇਨ ਸਪਾਇਰਲ ਏ। ਇਹਦੇ ਵਿੱਚ ਜਿਹੜੀ ਫਰਦਰ ਇਨਕਮਿੰਗ ਗੈਸ ਆ ਉਹਨੂੰ ਹੋਰ ਠੰਡੀ ਕਰ ਦਿੰਦੀ ਹੈ। ਸੋ ਜਿਹੜੀ ਗੈਸ ਆ ਉਹਨੂੰ ਆਪਾਂ ਬਾਹਰ ਕੱਢ ਲੈਂਦੇ ਹਾਂ ਥਰੂ ਬਲਬ ਡੀ ਐਂਡ ਇਜ਼ ਅਗੇਨ ਸੈਂਟ ਟੂ ਕੰਪਰੈਸ਼ਰ। ਕੰਪਰੈਸ਼ਰ ਫਿਰ ਕੰਪਰੈਸ ਕਰ ਦਿੰਦਾ ਹੈ, ਪਹਿਲਾਂ ਨਾਲੋਂ ਠੰਡੀ ਹੈ, ਕੂਲਡ ਹੈ ਹੀਲੀਅਮ ਗੈਸ, ਫਿਰ ਕੰਪਰੈਸ ਹੁੰਦੀ ਹੈ। ਸੋ ਇਹ ਪ੍ਰੋਸੈਸ ਫਿਰ ਦੁਬਾਰਾ ਰਿਪੀਟ ਹੁੰਦਾ, ਇੱਥੇ ਫਿਰ ਜੂਲ ਥੋਮਸਨ ਐਕਸਪੈਂਸ਼ਨ ਹੁੰਦੀ ਹੈ, ਅਗੇਨ ਹੁੰਦੀ ਹੈ। ਸੋ ਐਟ ਈਚ ਜੂਲ ਥੋਮਸਨ ਐਕਸਪੈਂਸ਼ਨ ਕੂਲਿੰਗ ਟੇਕਸ ਪਲੇਸ, ਦਿਸ ਪ੍ਰੋਸੈਸ ਇਜ਼ ਰਿਪੀਟਡ ਅਗੇਨ ਐਂਡ ਅਗੇਨ, ਦਿਸ ਇਜ਼ ਕਾਲਡ ਰੀਜਨਰੇਟਿਵ ਕੂਲਿੰਗ। ਐਟ ਦਾ ਐਂਡ ਵੈਨ ਸਫੀਸ਼ੈਂਟ ਕੂਲਿੰਗ ਟੇਕਸ ਪਲੇਸ means its temperature become less than a critical temperature which is 5.3 Kelvin, it changes to liquid. So in the form of drops it is collected at the bottom of this apparatus. This is called special type of flask which is called Dewar flask. Here liquid helium is collected. So this is how jada gas hai oh ki kiti jandi hai ਲਿਕੁਇਡ ਕਰੀ ਜਾਂਦੀ ਹੈ, ਹੀਲੀਅਮ ਗੈਸ ਨੂੰ ਲਿਕੁਇਡ ਕਰਿਆ ਜਾਂਦਾ ਬਾਈ ਮੇਕਿੰਗ ਯੂਜ਼ ਆਫ ਰੀਜਨਰੇਟਿਵ ਕੂਲਿੰਗ ਪ੍ਰੋਸੈਸ। ਜਿਹੜਾ ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰਤਾ ਉਹਦੀ ਜਿਹੜੀ ਹੈਗੀ ਇੱਥੇ ਡਿਟੇਲ ਦੇ ਵਿੱਚ ਡਿਸਕ੍ਰਿਪਸ਼ਨ ਦਿੱਤੀ ਵੀ ਹੈ, ਯੂ ਕੈਨ ਰੀਡ ਫਰੋਮ ਹੇਅਰ। ਸੋ ਇਹ ਜਿਹੜਾ ਇੱਥੇ ਲੱਗਿਆ ਹੋਇਆ ਆਪਣਾ ਉਹ ਇਹ ਹੈਗਾ ਬੋਇਲਿੰਗ ਪੁਆਇੰਟ ਹੈ ਜਿਹੜਾ ਦੱਸਿਆ ਗਿਆ, ਦੈਟ ਇਜ਼ 20 ਕੈਲਵਿਨ ਹੁੰਦਾ। ਸੋ ਲਿਕੁਇਡ ਜਿਹੜੀ ਗੈਸ ਹੈ ਹਾਈਡਰੋਜਨ ਹੈ ਉਹ ਬੋਇਲ ਕਰਦੀ ਹੈ ਐਟ 20 ਕੈਲਵਿਨ, ਇਟ ਮੀਨਸ ਜਿਹੜਾ ਬੀ ਵਾਲਾ ਸਪਾਇਰਲ ਹੈ ਇੱਥੋਂ ਦੀ ਜਦੋਂ ਗੈਸ ਪਾਸ ਕਰਦੀ ਹੈ ਤਾਂ ਲੈਸ ਦੈਨ 20 ਕੈਲਵਿਨ ਆ ਜਾਂਦਾ। ਸੋ ਇਹ ਜਿਹੜਾ ਹੈਗਾ ਹੈ ਦਿਸ ਇਜ਼ ਹਾਓ ਵੀ ਕੈਨ ਬਾਈ ਮੇਕਿੰਗ ਯੂਜ਼ ਆਫ ਰਿਡਿਊਸ ਸੋਰੀ ਆਪਣਾ ਬੋਇਲਿੰਗ ਗੈਸ ਅੰਡਰ ਰਿਡਿਊਸ ਪ੍ਰੈਸ਼ਰ ਐਂਡ ਬਾਈ ਮੇਕਿੰਗ ਯੂਜ਼ ਆਫ ਰੀਜਨਰੇਟਿਵ ਜੂਲ ਥੋਮਸਨ ਐਕਸਪੈਂਸ਼ਨ ਵੀ ਕੈਨ ਲਿਕੁਇਫਾਈ ਹੀਲੀਅਮ ਗੈਸ। ਦਿਸ ਇਜ਼ ਆਲ ਅਬਾਊਟ ਯੂਅਰ ਲਿਕੁਇਫੈਕਸ਼ਨ ਲਿਕੁਇਫਾਈਂਗ ਹੀਲੀਅਮ ਗੈਸ ਲਿਕੁਇਫੈਕਸ਼ਨ ਆਫ ਹੀਲੀਅਮ ਗੈਸ।